ਨੁਕਰਾਂ ਚ ਬਹਿ ਕੇ ਰੋਂਦੇ ਨੇ, ਉਹਦੀਆਂ ਦੀਵਾਰਾਂ ਨਾਲ ਲੱਗ ਕੇ ਰੋਂਦੀਆਂ ਨੇ, ਅਲੀ ਤੁਰ ਚੱਲੀ ਮੇਰਾ ਹਸਨ ਰੋਵੇ ਨਾ, ਮੇਰਾ ਹੁਸੈਨ ਰੋਵੇ ਨਾ, ਮੇਰੀ ਜ਼ੈਨਬ ਨਾਲ ਪਿਆਰ ਕਰਿਆ ਜੇ, ਮੇਰੀ ਕੁਲਸੂਮ ਦਾ ਖਿਆਲ ਰੱਖਿਆ ਜੇ, ਕੱਲ ਤੁਸਾਂ ਮੇਰੇ ਕਫਨ ਦਫਨ ਚ ਲੱਗ ਜਾਣਾ, ਮੈਨੂੰ ਪਤਾ ਹੈ ਪਤਾ ਨੀ ਕਈਆਂ ਨੂੰ ਖਾਣਾ ਖਿਲਾਵੇ ਕਿ ਨਾ ਖਿਲਾਵੇ, ਮੈਂ ਜਾਂਦੀ ਵਾਰੀ ਬੱਚਿਆਂ ਨੂੰ ਖਾਣਾ ਖਿਲਾ ਚੱਲੀ ਓ, ਬੇੜਾ ਸਾਫ ਕਰ ਚੱਲੀ ਓ, ਪਤਾ ਨੀ ਕਿੰਨੀ ਕਰਬਲਾ ਦੀ ਧੂੜ ਜ਼ੁਲਫਾਂ ਚ ਪੈਣੀ ਹੈ, ਮੈਂ ਜਾਂਦੀ ਵਾਰੀ ਹੁਸਨ ਕਰਾ ਚੱਲੀ ਓ, ਅਲੀ ਮੇਰੇ ਬੱਚਿਆਂ ਨਾਲ ਪਿਆਰ ਕਰਿਆ ਜੇ, ਮੌਲਾ ਅਲੀ ਨੇ ਫਰਮਾਇਆ ਜ਼ਾਰਾ ਉਹ ਤੇਰੀ ਨਹੀਂ ਮੇਰੀ ਵੀ ਔਲਾਦ ਹੈ, ਨੌਜਵਾਨ ਚੌਥੀ ਵਸੀਅਤ ਵੇ ਲਾਇਆ ਨਬੀ ਦੀ ਸ਼ਹਿਜ਼ਾਦੀ ਨੇ ਹੱਥ ਜੋੜ ਲਏ, ਕਹਿਣ ਲੱਗੀਆਂ ਮੌਲਾ ਅਲੀ ਜ਼ਿੰਦਗੀ ਇਕੱਠਿਆਂ ਗੁਜ਼ਰੀ ਹੈ, ਤੁਹਾਡੇ ਬੱਚਿਆਂ ਦੀ ਮਾਂ ਮੈਂ ਤੁਰ ਚੱਲੀ ਓ, ਜਦੋਂ ਮੈਂ ਤੁਰ ਜਾਵਾਂ ਮੈਨੂੰ ਭੁੱਲ ਨਾ ਜਾਇਆ ਜੇ, ਮੈਨੂੰ ਯਾਦ ਰੱਖਿਆ ਜੇ, ਮੇਰੀ ਖਬਰ ਤੇ ਆਉਂਦੇ ਚੰਦ ਰਿਹਾ ਜੇ, ਮੌਲਾ ਅਲੀ ਵੀ ਚੀਖਾਂ ਮਾਰ ਕੇ ਰੋਈ ਜਾ ਰਹੇ, ਫਰਮਾਨ ਲੱਗੇ ਜ਼ਾਰਾ ਜਾਂਦੀ ਵਾਰੀ ਅਲੀ ਨੂੰ ਵੀ ਮਾਫੀ ਦੇ ਦੇ, ਤੂੰ ਨਬੀ ਦੀ ਸ਼ਹਿਜ਼ਾਦੀ ਸੈਂ, ਮੈਂ ਫਕੀਰ ਜਿਹਾ ਬੰਦਾ ਤੇਰੀਆਂ ਖਿਦਮਤਾਂ ਨਹੀਂ ਕਰ ਸਕਿਆ, ਜ਼ਾਰਾ ਜਦੋਂ ਨਬੀ ਖੁੱਲ ਜਾਵੇ ਅਲੀ ਦਾ ਸਲਾਮ ਕਹਿ ਦੇਵੀ, ਮੇਰੇ ਨਬੀ ਨੂੰ ਮੇਰੀਆਂ ਸ਼ਿਕਾਇਤਾਂ ਨਾ ਲਾਵੀ, ਸੀਦਾ ਵੀ ਰੋ ਰਹੀਆਂ ਮੌਲਾ ਅਲੀ ਵੀ ਰੋ ਰਹੇ, ਕਿਧਰ ਹਸਨੈਨ ਰੋਂਦੇ ਆ ਗਏ, ਕਹਿਣ ਲੱਗੀ ਅੰਮਾ ਅਜੇ ਜਾਈ ਨਾ, ਮੌਲਾ ਅਲੀ ਸੀਨੇ ਲਾ ਕੇ ਫਰਮਾ ਪੁੱਤਰੋ ਰੋਂਦੇ ਕਿਉਂ, ਅਰਧ ਕੀਤੀ ਨਾਨੇ ਦੇ ਰੋਦੇ ਤੇ ਜਾ ਰਹੇ ਸਾਂ, ਦੋ ਸੋਹਣੀਆਂ ਸ਼ਕਲਾਂ ਨਜ਼ਰੀ ਆਈਆਂ, ਅਸਾਂ ਪੁੱਛਿਆ ਕੌਣ ਹੋ, ਉਹਨੇ ਆਖਿਆ ਜਲਦੀ ਜਾਓ ਜਾ ਕੇ ਮਾਂ ਵੇਖ ਲਓ, ਮਾਂ ਤੁਰ ਚੱਲੀ ਗਏ, ਅਸੀਂ ਅੱਲਾ ਦੇ ਨਬੀ ਇਬਰਾਹੀਮ ਤੇ ਇਸਮਾਈਲ ਆਇਆ, ਹੋਰ ਮੈਂ ਕਹਿਣ ਲੱਗਾ ਮੇਰੇ ਕਦੇ ਹੱਥ ਨਹੀਂ ਡੋਲੇ ਮਾਰ ਤੇ ਦੇਵਾਂ, ਪਰ ਕਿਵੇਂ ਮਾਰਾਂ ਜਦੋਂ ਤੀਰ ਸਿੱਧਾ ਕਰਨਾ, ਉਹ ਪਿੱਛੇ ਖੈਮੇ ਚ ਇੱਕ ਨਿੱਕੀ ਜੀ ਬੱਚੀ ਖੜੀ, ਮੈਂ ਤੀਰ ਸਿੱਧਾ ਕਰਨਾ, ਬੱਚੀ ਦੀ ਚੀਖ ਨਿਕਲ ਜਾਂਦੀ ਹੈ, ਉਹ ਬੱਚੀ ਨਿੱਕੇ ਨਿੱਕੇ ਹੱਥ ਜੋੜ ਲੈਂਦੀ ਹੈ, ਕਹਿੰਦੀ ਹੈ ਬੇ ਨਾ ਮਾਰੀ, ਮੇਰਾ ਵੀਰ ਅਕਬਰ ਲੈ ਕੇ ਨਹੀਂ ਰਜੇ, ਤੇ ਮੇਰਾ ਚਾਚਾ ਆ ਬਾਂਸ ਲੈ ਕੇ ਨਹੀਂ ਰਜੇ, ਮੇਰਾ ਕਾਸਿਮ ਲੈ ਕੇ ਨਹੀਂ ਰਜੇ, ਤੇ ਜ਼ਾਲਮਾ ਨਾ ਮਾਰੀ, ਲੋਰੀ ਕਿੰਨੋ ਦੇਵਾਂਗੀ, ਮੈਂ ਜ਼ਾਲਮਾ ਨਾ ਮਾਰੀ, ਇਹਨੂੰ ਲੈ ਕੇ ਮੈਂ ਮਦੀਨੇ ਨਾਲ ਜਾਣਾ, ਇਹਦੀਆਂ ਸੁਗਰਾਂ ਮਦੀਨੇ ਉਡੀਕਾਂ ਪਈ ਕਰਦੀ ਹੈ, ਨੌਜਵਾਨੋ ਹੁਰਮਲਾ ਨੇ ਤੀਰ ਮਾਰਿਆ, ਤੀਰ ਹਲਕ ਚ ਗੁਜ਼ਰ ਗਈ, ਮਾਮੇ ਹੁਸੈਨ ਦੀ ਜਿਹੜੇ ਵੇਲੇ ਬਾਦੂ ਚ ਲੱਗੇ ਆਓ, ਮੇਰੇ ਇਮਾਮ ਦੁਪੱਟਾ ਦੇ ਕੇ ਜਿਹੜੇ ਵੇਲੇ ਖੈਮੇ ਚ ਲੈ ਕੇ ਆਏ, ਸਕੀਨਾ ਦੌੜ ਕੇ ਸੀਨੇ ਲਗਾ ਕੇ ਕਦੇ ਦਾਏ ਜਾਂਦੀ ਹੈ ਕਦੇ ਬਾਏ ਜਾਂਦੀ ਹੈ, ਸੈਯਦਾ ਜ਼ੈਨਬ ਫਰਮਾਉਂਦੀਆਂ ਨੀ ਸਕੀਨਾ ਧੀਏ ਕੀ ਪਈ ਕਰਨੀ, ਕਹਿਣ ਲੱਗੀ ਫੁੱਫੀ ਅਮਰ ਰੋਂਦਾ ਗਿਆ ਸੀ, ਪਾਣੀ ਪੀ ਕੇ ਚੁੱਪ ਕਰਕੇ ਸੌ ਗਿਆ ਹੈ, ਲੋਰੀ ਦਿਨੀਆਂ ਉੱਠ ਕੇ ਰੋਵੇ ਨਾ, ਮੇਰੇ ਇਮਾਮ ਨੇ ਬੇਟੀ ਨੂੰ ਸੀਨੇ ਨਾਲ ਲਾਇਆ, ਫਰਮਾਇਆ ਸਕੀਨਾ ਹੁਣ ਅਸਗਰ ਕਦੀ ਨਹੀਂ ਰੋਵੇਗਾ। ਹਜ਼ਰਤ ਮੌਲਾ ਅਲੀ ਉਲ ਮੁਰਤਜ਼ਾ ਸ਼ੇਰ ਖੁਦਾ
ਇੱਕ ਦਿਨ ਕੂਫੇ ਦੀ ਗਲੀ ਚ ਜਾ ਰਹੇ ਤੇ ਇੱਕ ਬੰਦਾ ਕਹਿਣ ਲੱਗਾ, ਅਲੀ ਸੁਣਿਆ ਤੈਨੂੰ ਜਿਹੜਾ ਵੀ ਸਵਾਲ ਕਰੀਏ ਤੂੰ ਬਗੈਰ ਸੋਚੇ ਜਵਾਬ ਦੇ ਦੇਣਾ ਹੈ। ਆਪਨੇ ਫਰਮਾਇਆ ਹਾਂਜੀ। ਕਹਿਣ ਲੱਗਾ, ਅਲੀ ਤੂੰ ਸੋਚਦਾ ਕਿਉਂ ਨਹੀਂ? ਮੌਲਾ ਅਲੀ ਨੇ ਫਰਮਾਇਆ, ਮੈਂ ਕਿਉਂ ਸੋਚਣਾ ਹੈ? ਮੌਲਾ ਅਲੀ ਸੋਚਦੇ ਨਹੀਂ ਸਾਨਾ। ਕਹਿਣ ਲੱਗਾ, ਸੋਚਦਾ ਕਿਉਂ ਨਹੀਂ? ਮੌਲਾ ਅਲੀ ਨੇ ਫਰਮਾਇਆ, ਤੇਰੇ ਹੱਥ ਦੀਆਂ ਉਂਗਲੀਆਂ ਕਿਤਨੀਆਂ ਨੇ? ਕਹਿਣ ਲੱਗਾ ਅਲੀ, ਪੰਜ ਉਂਗਲੀਆਂ ਨੇ। ਮੌਲਾ ਅਲੀ ਨੇ ਫਰਮਾਇਆ, ਤੂੰ ਕਿਉਂ ਨਹੀਂ ਸੋਚ ਕੇ ਜਵਾਬ ਦਿੱਤਾ? ਕਹਿਣ ਲੱਗਾ, ਸੋਚਣ ਦੀ ਲੋੜ ਹੀ ਕੋਈ ਨਹੀਂ, ਹਰ ਵੇਲੇ ਹੱਥ ਸਾਹਮਣੇ ਰਹਿੰਦਾ ਏ, ਮੈਨੂੰ ਪਤਾ ਉਂਗਲੀਆਂ ਪੰਜ ਆਉਂਦੀਆਂ ਨੇ। ਮੌਲਾ ਅਲੀ ਨੇ ਫਰਮਾਇਆ, ਮੈਂ ਵੀ ਕਿਉਂ ਸੋਚ ਕੇ ਜਵਾਬ ਦੇਵਾਂ ਜਿਵੇਂ ਹੱਥ ਤੇਰੇ ਸਾਹਮਣੇ ਰਹਿੰਦਾ ਏ? ਕਾਇਨਾਤ ਅਲੀ ਦੇ ਸਾਹਮਣੇ ਰਹਿੰਦੀ। ਹਜ਼ਰਤ ਸਖੀ ਸੁਲਤਾਨ ਬਾਹੂ ਸੁੱਤੇ ਤੇ ਕੋਲੋਂ ਹਿੰਦੂਆਂ ਦੀ ਬਰਾਤ ਗੁਜ਼ਰੀ ਤੇ ਇੱਕ ਹਿੰਦੂ ਇਸ ਤਰ੍ਹਾਂ ਕਰਕੇ ਠੋਕਰ ਮਾਰ ਕੇ ਕਹਿੰਦਾ, ਬਾਬਾ ਉੱਠ ਸਾਨੂੰ ਰਾਹ ਵਿਖਾ। ਫਰਮਾਇਆ, ਕਿੱਥੇ ਜਾਣਾ ਹੈ, ਕਿੱਥੇ ਜਾਣਾ? ਕਹਿਣ ਲੱਗੇ, ਜੀ ਇਹ ਅਹਿਮਦਪੁਰ ਜਾਣਾ, ਸਿਆਲਾਂ ਦਾ। ਅਹਿਮਦਪੁਰ ਸਿਆਲਾਂ ਦਾ ਜੰਗ ਦੇ ਕਰੀਬ ਇੱਕ ਗਾਓ, ਅਹਿਮਦਪੁਰ ਸਿਆਲ। ਕਹਿਣ ਲੱਗੇ, ਅਹਿਮਦਪੁਰ ਜਾਣਾ। ਪੀਰੇ ਬਾਹੂ ਫਰਮਾਉਂਦੇ ਨੇ, ਅੱਖ ਬੰਦ ਕਰੋ। ਉਹਨਾਂ ਆਖਿਆ, ਬੜਾ ਅਜੀਬ ਬਾਬਾ, ਅੱਖੀਆਂ ਬੰਦ ਕਰਕੇ ਰਾਹ ਵਿਖਾਉਂਦਾ। ਉਹਨਾਂ ਅੱਖੀਆਂ ਬੰਦ ਕੀਤੀਆਂ ਤੇ ਬਾਬੇ ਨੇ ਹੂ ਦੀ ਜ਼ਰਬ ਲਗਾਈ ਤੇ ਫਰਮਾ, ਅੱਖ ਖੋਲੋ। ਉਹਨਾਂ ਅੱਖ ਖੋਲੀ ਤੇ ਸਾਹਮਣੇ ਕਮਲੀ ਵਾਲੇ ਦਾ ਮਦੀਨਾ ਪਿਆ ਨਜ਼ਰੀ ਆਵੇ। ਕਹਿਣ ਲੱਗੇ, ਅਸਾਂ ਇਸ ਅਹਿਮਦਪੁਰ ਤੇ ਨਹੀਂ ਸੀ ਜਾਣਾ। ਫਰਮਾਇਆ, ਮੈਂ ਇਸੇ ਅਹਿਮਦਪੁਰ ਨੂੰ ਹੀ ਜਾਣਨਾ ਵਾ, ਇੱਥੇ ਮੇਰਾ ਅਹਿਮਦ ਵਸ।